ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦਿਆਂ ਹੋਇਆਂ ਹੋਮ ਫਾਰ ਦਾ ਹੋਮਲੈਸ ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਘਰਾਂ ਦੀ ਲੜੀ ਤਹਿਤ ਅੱਜ ਸੰਸਥਾ ਵੱਲੋਂ 31ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਵਰਿੰਦਰ ਪਰਹਾਰ ਨੇ ਦੱਸਿਆ ਕਿ ਉਕਤ ਸੰਸਥਾ ਦਾ ਇੱਕੋ ਇੱਕ ਉਦੇਸ਼ ਗਰੀਬ ਅਤੇ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦੇਣਾ ਏ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ 30 ਦੇ ਕਰੀਬ ਘਰ ਬਣਾ ਕੇ ਲੋੜਵੰਦ ਲੋਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਨੇ ਅਤੇ ਇੱਕ ਘਰ 'ਤੇ ਤਕਰੀਬਨ 1.5 ਤੋਂ 2 ਲੱਖ ਰੁਪਏ ਤੱਕ ਦਾ ਖਰਚ ਆਉਂਦਾ ਏ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਇਹ ਸੇਵਾ ਵਿਦੇਸ਼ੀ ਭਾਰਤੀਆਂ ਵੱਲੋਂ ਭੇਜੀ ਜਾਂਦੀ ਮਾਇਆ ਨਾਲ ਕੀਤੀ ਜਾਂਦੀ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਹਰਨਾਮ ਸਿੰਘ। ਹਰਨਾਮ ਸਿੰਘ ਜੀ, ਘਰ ਦੇ ਕੀ ਹਾਲਾਤ ਸੀਗੇ ਸਰਦਾਰ ਜੀ ਨੇ ਘਰ ਬਣਾਉਣ ਦਾ ਕੀਤਾ? ਪਹਿਲਾਂ ਇੱਦਾਂ ਸੀ ਜੀ, ਸਾਡਾ ਵੀ ਦੇਖੋ ਪਾੜੇ ਉੱਤੇ ਪੈ ਜਾਂਦਾ ਸੀ ਛੱਤਾਂ 'ਚ, ਅਤੇ ਮਾੜੀ ਜਿਹੀ ਟੀਨ ਪਾਈ ਸੀ ਅਤੇ ਛੱਤਾਂ 'ਚ ਪਾਣੀ ਤਾਂ ਇੱਦਾਂ ਹੀ ਡਿੱਗਦਾ ਰਹਿੰਦਾ ਸੀ। ਬਾਰਿਸ਼ ਆਉਂਦੀ ਸੀ, ਸਾਡੇ ਕੋਲ ਨਹੀਂ ਸਹਿ ਹੁੰਦਾ ਸੀ ਅਤੇ ਕੱਪੜੇ ਕੁੱਪੜੇ ਵੀ ਭਿੱਜ ਜਾਂਦੇ ਸੀ, ਕਈ ਵਾਰ ਪਾਣੀ ਉੱਪਰ ਚੋ ਪੈਂਦਾ ਸੀ। ਸਰਦਾਰਾਂ ਨੇ ਦੇਖੋ ਸਾਡੀ ਮਿਹਰਬਾਨੀ ਹੈ ਜੇ ਸਾਡਾ ਉਪਰਾਲਾ ਕਰ ਦਿੱਤਾ। ਕੀ ਕੰਮ ਕਰਦੇ ਗਰੀਬ ਬੰਦੇ? ਅਸੀਂ ਦਿਹਾੜੀਦਾਰ ਬੰਦੇ ਹੈਗੇ, ਨਹੀਂ ਮੈਂ ਸੋਚਿਆ ਸੀ ਵੀ ਕੀ ਪਤਾ ਪੈਣਾ ਕਿ ਨਹੀਂ ਪੈਣਾ, ਅਤੇ ਮੈਂ ਤਾਂ ਬੜਾ ਪਰੇਸ਼ਾਨ ਹੋਏ ਸੀ। 5 ਕੁੜੀਆਂ ਹੈਗੀਆਂ ਵੀ ਮੇਰਾ ਉਪਰਾਲਾ ਹੋ ਜਾਵੇ, ਅਤੇ ਹੁਣ ਮੇਰਾ ਕਰਤਾ ਬੜੀ ਮਿਹਰਬਾਨੀ। ਮੈਂ ਕਹਿੰਦਾ ਬੜੀ ਮਿਹਰਬਾਨੀ ਹੋ ਗਈ ਸਾਡਾ, ਵੀ ਧੰਨਵਾਦ ਹੋ ਗਿਆ ਵੀ ਸਾਡਾ ਚੀਜ਼ ਬਣਾ ਦਿੱਤੀ। ਅੱਜ 31ਵੇਂ ਘਰ ਦਾ ਕਿਹੜੀ ਸੰਸਥਾ ਆ, ਕਿੱਦਾਂ ਮੈਨੇਜ ਕਰਦੇ? ਹੋਮ ਫੋਰ ਹੋਮਲੈਸ ਵੱਲੋਂ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਤਕਰੀਬਨ 2 ਸਾਲ ਪਹਿਲਾਂ। ਦੀਵਾਲੀ ਦਿਨ ਅਸੀਂ ਪਹਿਲਾ ਘਰ ਇੱਕ ਗਰੀਬ ਪਰਿਵਾਰ ਨੂੰ ਬਣਾ ਕੇ ਦਿੱਤਾ ਸੀ, ਅਤੇ ਅੱਜ 31ਵੇਂ ਘਰ 'ਤੇ ਪਹੁੰਚ ਗਏ ਆ। ਅਤੇ ਦਾਨੀ ਸੱਜਣ ਬਾਹਰੋਂ ਅਤੇ ਇੱਥੋਂ ਦੇਸ਼ ਤੋਂ ਵਿਦੇਸ਼ਾਂ ਤੋਂ ਸਾਨੂੰ ਕਾਫੀ ਹੈਲਪ ਮਿਲੀ ਹੈ ਇਹਨਾਂ ਦੀ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹ ਘਰ ਲਈ ਸ਼੍ਰੀ ਪੰਕਜ ਕੁਕਰੇਜਾ ਜੀ ਨੇ ਰਾਜਪੁਰੇ ਤੋਂ ਸਾਨੂੰ ਮਾਇਆ ਭੇਜੀ ਹੈ, ਉਹਨਾਂ ਦਾ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤਹਿ ਦਿਲੋਂ। ਅਤੇ ਇਹ ਘਰ ਇੱਕ ਮਜ਼ਦੂਰ ਪਰਿਵਾਰ ਲਈ ਹੈ। ਇਹਦੀਆਂ 5 ਬੇਟੀਆਂ ਹਨ ਛੋਟੀਆਂ ਛੋਟੀਆਂ ਜਿਹੜੀਆਂ ਤੁਸੀਂ ਆਹ ਦੇਖ ਰਹੇ ਹੋ, ਅਤੇ ਇਹ ਇੱਥੇ ਝੁੱਗੀ ਦੇ ਵਿੱਚ ਰਹਿ ਰਿਹਾ ਸੀ ਕੱਖ ਕਾਨਿਆਂ ਦੀ, ਅਤੇ ਬੇਹੱਦ ਗਰੀਬੀ ਦੇ ਵਿੱਚ ਪਲ ਰਹੇ ਸੀ। ਅਤੇ ਇਹਨਾਂ ਦਾ ਸਾਰਾ ਅਸੀਂ ਪਹਿਲਾਂ ਛਾਣਬੀਣ ਕਰਕੇ ਦੇਖਿਆ ਜਦੋਂ ਕਿ ਬਹੁਤ ਹੀ ਲੋੜਵੰਦ ਹਨ, ਅਤੇ ਫਿਰ ਅਸੀਂ ਇਹਨਾਂ ਦਾ ਘਰ ਬਣਾਉਣ ਦਾ ਫੈਸਲਾ ਕੀਤਾ। ਕਿੰਨੇ ਘਰ ਦਾ ਟੀਚਾ ਹੈ ਤੁਹਾਡਾ ਇੱਥੇ? ਸਾਡਾ ਇੱਥੇ 250 ਦੇ ਕਰੀਬ ਹਨ ਜਿਹੜੇ ਲੋੜਵੰਦ ਹਨ, ਝੁੱਗੀਆਂ ਵਿੱਚ ਰਹਿ ਰਹੇ ਹਨ। ਪਿਛਲੇ ਜਦ ਦੀ ਦੁਨੀਆ ਬਣੀ ਹੈ ਤਾਂ ਜਦ ਦਾ ਦੇਸ਼ ਆਜ਼ਾਦ ਹੋਇਆ ਉਹਨਾਂ ਨੂੰ ਘਰ ਨਹੀਂ ਨਸੀਬ ਹੋਇਆ, ਅਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਘੱਟੋ ਘੱਟ ਇੱਕ ਛੱਤ ਦਿੱਤੀ ਜਾਵੇ, ਪੱਕਾ ਘਰ ਬਣਾ ਕੇ ਦਿੱਤਾ ਜਾਵੇ। ਅਤੇ ਉਸੇ ਉਪਰਾਲੇ ਨਾਲ ਅਸੀਂ ਲਗਨ ਨਾਲ ਲੱਗੇ ਹੋਏ ਹਾਂ। ਕੀ ਹੁੰਦਾ ਆ ਇੱਕ ਘਰ ਦੇ ਵਿੱਚ? ਇੱਕ ਘਰ ਦੇ ਵਿੱਚ ਅਸੀਂ ਇੱਕ 12x14 ਫੁੱਟ ਦਾ ਇੱਕ ਕਮਰਾ ਪੱਕਾ ਫਰਸ਼ ਅਤੇ ਲੈਂਟਰ ਪਾ ਕੇ, ਅਤੇ ਇੱਕ ਨਾਲ ਰਸੋਈ 7x8 ਫੁੱਟ ਦੀ ਇਹਨਾਂ ਨੂੰ ਬਣਾ ਕੇ ਦੇ ਦਿੰਦੇ ਆ। ਅਤੇ ਬਾਥਰੂਮ ਜਿਹੜਾ ਉਹ ਪ੍ਰਧਾਨ ਮੰਤਰੀ ਟਾਇਲਟ ਸਕੀਮ ਦੇ ਵਿੱਚ ਅਸੀਂ ਉੱਥੋਂ ਕੋਸ਼ਿਸ਼ ਕਰ ਰਹੇ ਹਾਂ, ਅਜੇ ਥੋੜ੍ਹੇ ਬਹੁਤ ਬਣੇ ਆ। ਅਤੇ ਘਰ ਅਸੀਂ ਘਰਾਂ ਦੀ ਸਾਡੀ ਜ਼ਿੰਮੇਵਾਰੀ ਹੈਗੀ ਸੰਸਥਾ ਦੀ, ਹੋਮ ਫੋਰ ਹੋਮਲੈਸ ਦੀ, ਅਤੇ ਮੈਂ ਸਾਰੇ ਮੈਂਬਰਾਂ ਦਾ ਅਤੇ ਜਿੰਨੇ ਵੀ ਸਾਨੂੰ ਸਪੋਰਟ ਕਰ ਰਹੇ ਦਾਨੀ ਸੱਜਣ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ।